ये हैगी है जी साउथ सिटी वाली रोड, हम साउथ सिटी वाली बोलते हैं जी। साउथ सिटी तो जलंधर फ्लोर वाल जाती है। जसप्रीत भी ने बुलाया यार मैनू मॉल टाउन तो साउथ सिटी सुखमणी प्लाटीनम स्केयर, तुम्हें व्यू दिखाने। इतने कहते कोई काल सिंह नाँ का रेस्टोरेंट है, उत्थे कुछ खवाना, देखते हैं की खवा अज। आ गया जसप्रीत वीर, ये महंगी जगह जसप्रीत वीरे, आप जाना कितने वीरे? अंदर कितने? अंदर कितने? बरिस्ता सुपर है सामने रेस्टोरेंट काल सिंह तिब्बतियन चाइनीज कोरियन थाई की करा लो यार जो कराना जेड़ा चिल्ली गार्लिक है। हां चिल्ली गार्लिक नूडल हां करा लो। लैम्स खाने ना ना नॉन वेज ना करा यार, आज वेज करा लो, नॉन वेज कल खावांगे। नॉन वेज क्यों नहीं खाना है भी दसो ना, हैं क्यों नहीं खाना नॉन वेज? संग्रांद करके नहीं खाना जी, नहीं चल कोई नहीं, चल कोई नहीं, रब दी सारे दिन मन संतुष्टि चाहिए है। इतने पानी की बोतल 20 रुपए की है भी, एक भी ना बड़ी 20 रुपए की ना पक्की। व्यू देखो रेस्टोरेंट का, ये की कह रहे हो 50 रुपीस कितने का? 50 रुपीस कंबाइन ने नहीं खाने यार, अच्छा चटनी भी देके गए हैं। हाँ किया डंडे जसप्रीत रहा खाऊंगा, जसप्रीत ने प्रैक्टिस है, अभी तो इन्होंने ही खा लेने। हाँ जी यार आ की है यार किदा खाने दस यार एक चीज दसो, जो तुहानू कोई फूड ऑर्डर करिया ਤਾਂ ਉਹ ਫੂਡ ਸਵਾਦ ਨਹੀਂ ਲੱਗਿਆ ਤਾਂ ਤੇ ਰੈਸਟੋਰੈਂਟ ਦੀ ਗਲਤੀ ਹੈ ਤੁਹਾਡੀ ਗਲਤੀ ਹੈ ਯਾਰ? ਦੇਖੋ ਜੇ ਤਾਂ ਫੂਡ ਹੋਵੇ ਨਾ ਖਰਾਬ, ਜਲਿਆ ਹੁੰਦਾ ਜਾਂ ਮਤਲਬ ਸਮੈਲ ਜੀ ਕਰੇ ਜਾਂ ਬੈਡ ਸਮੈਲ ਹੋਏ, ਫਿਰ ਤਾਂ ਰੈਸਟੋਰੈਂਟ ਦੀ ਗਲਤੀ ਆ। ਹਾਂ ਹੁਣ ਜਿਵੇਂ ਟ੍ਰੈਡੀਸ਼ਨਲ ਫੂਡ ਹੈ ਜਿਹੜਾ ਤਿੱਬਤਨ ਫੂਡ ਹੈ ਕਿ ਇਸ ਵਿੱਚ ਨਮਕ ਨਹੀਂ ਹੈ, ਯੇ ਨਹੀਂ ਹੈ, ਵੋ ਤੁਸੀਂ ਪਹਿਲਾਂ ਸਿੱਖ ਲਓ ਹੈ ਕੀ ਚੀਜ਼ ਹੈ, ਉਹਨੂੰ ਦੇਖ ਲਓ ਨਾ ਪਹਿਲਾਂ ਕਿ ਤੁਸੀਂ ਪੜ੍ਹ ਲਓ ਉਹਦੇ ਬਾਰੇ ਕਿ ਉਹ ਚੀਜ਼ ਹੈ ਕੀ, ਉਹਨੇ ਪੂਰੀ ਡਿਸਕ੍ਰਿਪਸ਼ਨ ਲਿਖੀ ਹੋਈ ਆ, ਉਹ ਐਡਾ ਵੱਡਾ ਉਹਨੇ ਸੈਂਟੈਂਸ ਲਿਖਿਆ ਇਹਦੇ ਲਈ ਨਹੀਂ ਲਿਖਿਆ ਸੀਗਾ, ਉਹਨੇ ਪੂਰਾ ਲਿਖਿਆ ਸੀਗਾ ਕਿ ਇਹਦੇ ਵਿੱਚ ਕੀ ਚੀਜ਼ ਪੈਂਦੀ ਹੈ, ਕਿਵੇਂ ਹੈ, ਕੀ ਨਹੀਂ ਹੈ। ਤੁਸੀਂ ਉਹਨੂੰ ਬੋਲ ਰਹੇ ਤੁਸੀਂ ਪਹਿਲਾਂ ਦੇਖ ਲਓ, ਜੇ ਤਾਂ ਨਹੀਂ ਆਉਂਦੀ ਖਾਣੀ ਫਿਰ ਤਾਂ ਨੋਰਮਲ ਆ ਕੇ ਨਾ ਇਹੋ ਜਿਹੀ ਜਗ੍ਹਾ 'ਤੇ ਉਹ ਸਟੀਮ ਵਾਲੇ ਮੋਮੋਸ ਖਾਓ, ਚਟਨੀਆਂ ਨਾਲ ਲਾ ਕੇ ਅਤੇ ਚੱਲਦੇ ਬਣੋ। ਨਹੀਂ ਆਪਾਂ ਨੂੰ ਤਾਂ ਵਧੀਆ ਲੱਗਿਆ ਯਾਰ, ਨਿਊਡਲ ਵੀ ਸਵਾਦ ਸੀ, ਮੋਮੋਸ ਵੀ ਸਵਾਦ ਸੀਗੇ, ਪਰ ਇੱਦਾਂ ਜੇ ਤੁਹਾਨੂੰ ਚੀਜ਼ ਨਹੀਂ ਵਧੀਆ ਲੱਗੀ ਜਾਂ ਟੇਸਟੀ ਨਹੀਂ ਲੱਗੀ ਉਹ ਤੁਹਾਡਾ ਕਸੂਰ ਆ, ਉਹ ਮਤਲਬ ਕਿ ਰੈਸਟੋਰੈਂਟ ਦਾ ਕਸੂਰ ਨਹੀਂ ਹੈਗਾ। ਹਾਂ ਉਹਦੇ ਵਿੱਚ ਕੋਈ ਚੀਜ਼ ਦੀ ਖਰਾਬੀ ਆ, ਕੋਈ ਸੜਿਆ ਹੋਇਆ ਜਾਂ ਕੋਈ
ਸਮੈਲ ਆ ਰਹੀ ਹੈ ਐਂਬੀਅੰਸ ਅੱਛਾ ਸੀਗਾ ਅੰਦਰ ਦਾ ਸਿਟਿੰਗ ਫੇਰ ਥੋੜੀ ਰੈਸਟੋਰੈਂਟ ਦੀ ਗਲਤੀ ਹੈ ਨਹੀਂ ਫੇਰ ਰੈਸਟੋਰੈਂਟ ਦੀ ਗਲਤੀ ਹੈ ਜੇ ਫੂਡ ਖਰਾਬ ਆ ਜਲਿਆ ਹੋਇਆ ਪੱਕਿਆ ਨਹੀਂ ਹੈਗਾ ਫੇਰ ਰੈਸਟੋਰੈਂਟ ਦੀ ਗਲਤੀ ਆ ਬਾਕੀ ਚਲੋ ਇੱਦਾਂ ਦੇ ਆਉਂਦੇ ਰਹਿੰਦੇ ਆ ਇੱਥੇ ਆਏ ਸੀ ਚਾਈਨੀਜ਼ ਵਾਲਿਆਂ ਨੇ ਵੀ ਨਾ ਖਾਣ ਤੋਂ ਪੰਜਾਬੀਆਂ ਦੀ ਗੱਲ ਕੀਤੀ ਆ ਉਹਨਾਂ ਨੇ ਨਾ ਬਾਅਦ ਚ ਸੌਂਫ ਫੜਾਈ ਹੈ ਹਾਂ ਕਹਿੰਦੇ ਸੌਂਫ ਖਾਓ ਨਹੀਂ ਫੂਡ ਬਹੁਤ ਵਧੀਆ ਸੀ ਇਹਨਾਂ ਦਾ ਯਾਰ ਬਾਕੀ ਤੁਹਾਨੂੰ ਦੇਖਦੇ ਆ ਕਰਦੇ ਆ ਚਲੋ